ਬਦਲਿਆ ਕਲੋਰੀ ਤੇਲ ਬਣੇ ਉੱਥੇ। ਕਿੱਦਾਂ, ਮੈਂ ਸਮਝੀ ਨਹੀਂ, ਮੈਨੂੰ ਇਦਾਂ ਦੀ ਘੱਟ ਹੀ ਕੋਲਡ ਵਰਕ ਸਮਝ ਆਉਂਦਾ। ਉਹ ਤੇਲ ਪਾਣੀ ਮੈਂ ਕਿਹਾ ਬਦਲਿਆ ਸੀ ਮੈਂ ਜਾ ਕੇ ਉੱਥੇ ਇੱਕ ਦੋ ਵਾਰੀ ਹੋਰ ਕੀ। ਅੱਛਾ ਵੀ ਤੁਸੀਂ ਗਏ ਸੀ ਸਹੇਲੀ ਲੈ ਕੇ ਕੋਈ? ਹਾਂ। ਫਿਰ ਇੱਦਾਂ ਕਹੋ, ਹੁਣ ਮੈਨੂੰ ਇਹ ਜੀ ਸਮਝ ਘੱਟ ਆਉਂਦੀ ਆ। ਅੱਛਾ, ਇਹਦਾ ਮਤਲਬ ਤੁਸੀਂ ਜਾਂਦੇ ਰਹਿੰਦੇ ਹੋ ਇਹੋ ਜਿਹੀ ਜਗ੍ਹਾ 'ਤੇ, ਹੈਂ? ਬਲਰਾਜ ਦਾਸ ਜੀ ਨੇ ਬਹੁਤ ਗਲਤ ਕੰਮ ਕੀਤੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ। ਅਸੀਂ ਮੱਥਾ ਟੇਕਣ ਨਹੀਂ ਸੀ ਆ ਸਕਦੇ ਇੱਥੇ, ਬੁੱਢੀਆਂ ਕੁੜੀਆਂ ਕੋਈ ਨਹੀਂ ਸੀ ਆ ਸਕਦਾ ਗੁਰਦੁਆਰਾ ਸਾਹਿਬ 'ਚ। ਗੁਰਦੁਆਰੇ ਦੀ ਕਮੇਟੀ ਹਮੇਸ਼ਾ ਧਾਰਮਿਕ ਕਮੇਟੀ ਹੋਣੀ ਚਾਹੀਦੀ ਆ, ਜੋ ਅੰਮ੍ਰਿਤਧਾਰੀ ਸਿੱਖ ਹੋਣ, ਜੋ ਗੁਰੂ ਦੀ ਮਰਿਆਦਾ ਨੂੰ ਫੋਲੋ ਕਰਨ। ਅੱਛਾ, ਤੁਹਾਡਾ ਤੁਹਾਡਾ ਡੇਰਾ? ਅੱਛਾ ਅੱਛਾ, ਠੀਕ ਆ। ਉੱਥੇ ਰਾਤ ਰਹਿਣ ਦੇ ਕੀ, ਉੱਥੇ ਰਾਤ ਰਹਿਣ ਦੇ ਦੇਣਗੇ ਤੁਹਾਨੂੰ? ਤੇ ਫਿਰ ਉਹ ਸ਼ੱਕ ਜਾ ਨਹੀਂ ਕਰਨਗੇ ਵੀ ਕੌਣ ਹੈ? ਇਹ ਬਲਰਾਜ ਦਾਸ ਨੇ ਕੋਈ ਇੱਥੇ ਸੇਵਾ ਨਹੀਂ ਕੀਤੀ ਜੀ, ਅਤੇ ਇੱਥੇ ਗਲਤ ਹਰਕਤਾਂ ਹੀ ਕੀਤੀਆਂ, ਜਿਹਦੇ ਨਾਲ ਮਾਈਆਂ ਸਾਡੀਆਂ ਭੈਣਾਂ ਇੱਥੇ ਮੱਥਾ ਟੇਕਣੋਂ ਹਟ ਗਈਆਂ। ਇੱਥੇ ਕੋਈ ਮੱਥਾ ਨਹੀਂ ਸੀ ਟੇਕਦਾ। ਉਹ ਕਈ ਹੋ ਗਏ, ਮੈਨੂੰ ਹੋ ਸਕਦਾ ਮੈਂ ਕਈ ਹੋਵੇ, ਪਰ ਮੇਰੇ ਤੋਂ ਘੁਆਈ ਗਈ ਇਹਨਾਂ ਨੇ, ਬਲੈਕਮੇਲ ਕੀਤਾ। ਉਸ ਤੋਂ ਬਾਅਦ 13 ਲੱਖ ਰੁਪਏ ਦੀ ਮੇਰੇ ਤੋਂ ਮੰਗ ਕੀਤੀ ਇਹਨਾਂ ਨੇ, 13 ਤੋਂ 10 ਲੱਖ ਦੀ ਕੀਤੀ, ਫਿਰ 5 ਦੀ, ਫਿਰ 4.5 ਦੀ, 3.5 ਤੱਕ ਡੀਲ ਹੋਈ। ਤਾਂ ਕਿ ਡੀਲ ਕੁਛ ਨਹੀਂ ਹੋਈ, ਰਿਕਾਰਡਿੰਗ ਕੀਤੀ ਮੇਰੇ ਨਾਲ, ਪ੍ਰਸ਼ਾਸਨ ਦਾ ਮੁਲਾਜ਼ਮ ਸੀਗਾ ਨਾਲ। ਪਹਿਲਾਂ ਦਾ ਹੀ ਸੰਗਤ ਨੂੰ ਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਕੱਠ ਕਰਨ ਦੇ ਜੀ ਕਾਰਨ ਹੋ ਗਏ ਜੀ 2-3। ਇੱਕ ਤਾਂ ਇੱਥੇ ਬਾਬਾ ਬਲਰਾਜ ਦਾਸ ਜੀ 2-3 ਸਾਲ ਤੋਂ ਧੱਕੇ ਨਾਲ ਕਾਬਜ ਹੋ ਕੇ ਇੱਥੇ ਸੇਵਾ ਕੀਤੀ, ਸੇਵਾ ਤਾਂ ਕੀਤੀ ਪਰ ਇੱਥੇ ਬਣਾਇਆ ਕੁਛ ਨਹੀਂ। ਜਿੰਨੀ ਇੱਥੋਂ ਦੀ ਆਮਦਨ ਆ ਸਾਰੀ ਹੜੱਪ ਕੀਤੀ ਹੈ ਜੀ। ਉਦੋਂ ਪਹਿਲਾਂ ਜਿਹੜੇ ਬੰਦਿਆਂ ਨੇ ਸੇਵਾ ਕੀਤੀ ਆ 2 ਕਰੋੜ ਦੇ ਹਿਸਾਬ ਨਾਲ ਸਾਰਾ ਦਿੰਦਾ ਹੀ ਆ, ਉਹਨਾਂ ਨੇ ਸੇਵਾ ਕੀਤੀ ਆ ਲਾ ਕੇ, ਇਹਨੇ ਜੋ ਇੰਨੀ ਆਮਦਨੀ ਇਹਦੇ ਵੀ ਨਹੀਂ ਸੀਗੀ। ਅਤੇ ਬਲਰਾਜ ਦਾਸ ਨੇ ਕੋਈ ਇੱਥੇ ਸੇਵਾ ਨਹੀਂ ਕੀਤੀ ਜੀ, ਅਤੇ ਇੱਥੇ ਗਲਤ ਹਰਕਤਾਂ ਹੀ ਕੀਤੀਆਂ, ਜਿਹਦੇ ਨਾਲ ਮਾਈਆਂ ਸਾਡੀਆਂ ਭੈਣਾਂ ਇੱਥੇ ਮੱਥਾ ਟੇਕਣੋਂ ਹਟ ਗਈਆਂ। ਇੱਥੇ ਕੋਈ ਮੱਥਾ ਨਹੀਂ ਸੀ ਟੇਕਦਾ। ਹਾਂਜੀ, ਅੱਜ ਸਾਰੇ ਨਗਰ ਦੀ ਸਹਿਮਤੀ ਨਾਲ ਇਕੱਠ ਕਰਕੇ ਨਵੀਂ ਕਮੇਟੀ ਚੁਣੀ ਆ ਜੀ, ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਕਰੂਗੀ, ਅਤੇ ਸਾਨੂੰ ਵੀ ਮਾਣ ਆ ਕਮੇਟੀ 'ਤੇ ਵੀ ਸਾਰੇ ਚੰਗੇ ਬੰਦੇ ਆ ਜੀ, ਅਤੇ ਵਧੀਆ ਇੱਥੇ ਸੰਚਾਲ ਕਰਨਗੇ ਜੀ ਇਸ ਤੋਂ। ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਨਵੀਂ ਕਮੇਟੀ ਨਾਲ ਸਹਿਮਤ ਹਾਂ, ਜਿਹੜੀ ਨਵੀਂ ਕਮੇਟੀ ਬਣੀ ਆ। ਬਾਬਾ ਬਲਰਾਜ ਦਾਸ ਜੀ ਨੇ ਬਹੁਤ ਗਲਤ ਕੰਮ ਕੀਤੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ। ਅਸੀਂ ਮੱਥਾ ਟੇਕਣ ਨਹੀਂ ਸੀ ਆ ਸਕਦੇ ਇੱਥੇ, ਬੁੱਢੀਆਂ ਕੁੜੀਆਂ ਕੋਈ ਨਹੀਂ ਸੀ ਆ ਸਕਦਾ ਗੁਰਦੁਆਰਾ ਸਾਹਿਬ 'ਚ। ਗੁਰਦੁਆਰੇ ਦੀ ਕਮੇਟੀ ਹਮੇਸ਼ਾ ਧਾਰਮਿਕ ਕਮੇਟੀ ਹੋਣੀ ਚਾਹੀਦੀ ਆ, ਜੋ ਅੰਮ੍ਰਿਤਧਾਰੀ ਸਿੱਖ ਹੋਣ, ਜੋ ਗੁਰੂ ਦੀ ਮਰਿਆਦਾ ਨੂੰ ਫੋਲੋ ਕਰਨ। ਅਤੇ ਹੋਰ ਸਾਨੂੰ ਹਾਂਜੀ ਹਾਂਜੀ ਬਿਲਕੁਲ ਹੀ ਬੰਦ ਕਰਤਾ ਸੀ ਬੀਬੀਆਂ ਨੇ ਗੁਰਦੁਆਰਾ ਸਾਹਿਬ ਆਉਣਾ, ਅਸੀਂ ਤਾਂ ਬਿਲਕੁਲ ਵੀ ਮੱਥਾ ਟੇਕਣ ਨਹੀਂ ਸੀ ਆਉਂਦੇ ਉਹਦੇ ਹੁੰਦੇ। ਅਤੇ ਉਹ ਅਸੀਂ ਸ਼੍ਰੋਮਣੀ ਕਮੇਟੀ ਅੱਗੇ ਵੀ ਅਪੀਲ ਕਰਦੇ ਹਾਂ ਕਿ
ਉਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ, ਪੂਰੀ ਜਾਂਚ ਪੜਤਾਲ ਕੀਤੀ ਜਾਵੇ ਜੋ ਉਹਨੇ ਗਲਤ ਹਰਕਤਾਂ ਕੀਤੀਆਂ, ਕਿਉਂਕਿ ਉਹਦੀ ਆਡੀਓ ਘੁੰਮ ਰਹੀ ਆ ਫੇਸਬੁੱਕਾਂ 'ਤੇ, ਸਭ ਥਾਈ ਘੁੰਮ ਰਹੀ ਆ, ਸਭ ਨੂੰ ਪਤਾ ਉਹਨੇ ਕਿੰਨੀਆਂ ਗਲਤ ਹਰਕਤਾਂ ਕੀਤੀਆਂ। ਅਸੀਂ ਉਸ ਦੇ ਸਖ਼ਤ ਖਿਲਾਫ਼ ਹਾਂ ਅਤੇ ਅਸੀਂ ਬਹੁਤ ਪਿੰਡ ਦਾ ਵੀ ਧੰਨਵਾਦ ਕਰਦੇ ਜਿਹਨੇ ਨਵੀਂ ਕਮੇਟੀ ਬਣਾਈ ਆ, ਅਤੇ ਨਵੀਂ ਕਮੇਟੀ ਹੀ ਕੰਮ ਚਲਾਵੇਗੀ ਗੁਰਦੁਆਰਾ ਸਾਹਿਬ ਦਾ ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਜੀ ਬਲਰਾਜ ਦਾਸ ਜੀ। ਇੱਕ ਤੁਹਾਡੀ ਰਿਕਾਰਡਿੰਗ ਜਿਹੜੀ ਪਿੰਡ ਵਾਸੀਆਂ ਵੱਲੋਂ ਜੰਟ ਕੀਤੀ ਗਈ ਹੈ, ਕਿਹਾ ਗਿਆ ਕਿ ਗੁਰਦੁਆਰੇ ਦੇ ਵਿੱਚ ਅਤੇ ਮੁਕਤੇ ਵਾਦਾਰ ਹੁੰਦਿਆਂ ਇਹਨਾਂ ਨੇ ਗਲਤ ਅਤੇ ਘਟੀਆ ਹਰਕਤ ਕੀਤੀ, ਕੀ ਇਹਦੀ ਸੱਚਾਈ ਹੈ? ਇਹ ਤੁਹਾਡੀ ਰਿਕਾਰਡਿੰਗ ਆ ਜੀ? ਉਹ ਰਿਕਾਰਡਿੰਗ ਇੱਕ ਅਜਮੇਰ ਸਿੰਘ ਆ ਸਾਬਕਾ ਸਰਪੰਚ, ਇੱਕ ਇੰਦਰਪਾਲ ਆਸਟ੍ਰੇਲੀਆ, ਇੱਕ ਜਗਦੇਵ ਸਿੰਘ ਜੱਗਾ ਉਹ ਪਾਠੀ ਆ ਸਾਡੇ ਭਿੰਡਰ ਖੁਰਦ ਦਾ, ਇੱਕ ਸੁਰਜੀਤ ਮੈਂਬਰ, ਪਹਿਲਾਂ ਉਹ ਮੇਰੇ ਨਾਲ ਹੀ ਰਹਿੰਦੇ ਸੀ। ਉਹਨਾਂ ਨੇ ਇਹ ਇੱਕ ਦੁਸ਼ਮਣੀ ਕੱਢਣ ਵਾਲਾ ਕੰਮ ਕੀਤਾ ਡੇਰੇ ਦਾ, ਮੇਥੋਂ ਸੁਰਜੀਤ ਸਿੰਘ 1,07,000 ਖਾਧੀ ਬੈਠਾ, ਜਗਦੇਵ ਸਿੰਘ ਵੀ ਖਾਧੀ ਬੈਠਾ, ਇੱਕ ਦਾ ਭਰਾ ਬਲਜਿੰਦਰ ਆ ਮੈਂਬਰ, ਜੋ ਕਿ ਇਹਨਾਂ ਮੈਂ ਮੈਂਬਰਾਂ ਦੇ ਵੀ ਕੋਲੋਂ ਖਰਚਾ ਕਰਕੇ ਪੰਚਾਇਤੀ ਇਲੈਕਸ਼ਨ 'ਚ ਇਹਨਾਂ ਨੂੰ ਮੈਂ ਮੈਂਬਰ ਬਣਾਇਆ ਅਤੇ ਜਿਤਾਇਆ, ਕਿਉਂਕਿ ਇਹ ਬਲਜਿੰਦਰ ਸਿੰਘ ਵੀ 40-45,000 ਮੇਥੋਂ ਲਈ ਬੈਠਾ ਵਾ, ਇੱਕ ਜਗਸੀਰ ਸਿੰਘ ਮੈਂਬਰ ਆ 62,000 ਰੁਪਇਆ ਉਹ ਲਈ ਬੈਠਾ ਵਾ ਗੁਰਦੁਆਰੇ ਦੇ ਪੈਸੇ, ਗੁਰਦੁਆਰੇ ਦੇ ਡੇਰੇ ਦੇ ਜੀ। ਤੁਸੀਂ ਕਿਉਂ ਦਿੱਤੇ ਪੈਸੇ ਉਹਨਾਂ ਨੂੰ? ਉਹ ਸਾਰਾ ਉਹਨਾਂ ਨੇ ਸਾਰਾ ਪੈਸੇ ਇਉਂ ਮੰਗੇ ਵੀ ਅਸੀਂ ਦੇ ਦਿਆਂਗੇ, ਸਾਨੂੰ ਲੋੜ ਆ। ਮੈਂ ਬਈ ਇਸ ਬੇਸ 'ਤੇ ਵੀ ਚਲੋ ਮੇਰੇ ਨਾਲ ਆ, ਮੇਰੇ ਨਾਲ ਖੜ੍ਹੇ ਆ, ਕੋਈ ਗੱਲ ਨਹੀਂ, ਪੈਸੇ ਪਏ ਆ ਆਪਣੀ ਕੋਈ ਹਰਜ ਦੇ ਦੇਣਗੇ ਅਤੇ ਮੋੜ ਦੇਣਗੇ, ਮੈਂ ਦੇ ਤੇ। ਸੁਰਜੀਤ ਸਿੰਘ ਮੈਂਬਰ ਦੁਆਰਾ 1,07,000 ਖਾਧੀ ਬੈਠਾ, ਦੁਬਾਰਾ ਉਹਨੇ 50,000 ਦੀ ਮੰਗ ਮੇਰੇ ਤੋਂ ਫਿਰ ਕੀਤੀ, ਕਹਿੰਦਾ ਵੀ ਮੈਨੂੰ 50,000 ਹੋਰ ਦੇ ਬਾਬਾ, ਨਹੀਂ ਮੈਂ ਦੂਜੇ ਜਗਸੀਰ ਸਰਪੰਚ ਨਾਲ ਰਲਦਾ ਹਾਂ। ਅਤੇ ਮੈਂ ਉਸ ਤੋਂ ਬਾਅਦ ਉਹਨੂੰ ਹੱਥ ਬੰਨ੍ਹਤੇ ਵੀ ਮੈਂ ਤੁਹਾਨੂੰ 25 ਨਹੀਂ ਦੇ ਸਕਦਾ। ਉਸ ਤੋਂ ਬਾਅਦ ਇਹਨਾਂ ਨੇ ਕੀ ਚਲਾਇਆ ਕੰਮ, ਫਿਰ ਇੱਕ ਆਹ ਰਿਕਾਰਡਿੰਗ ਵਾਲਾ ਸਿਸਟਮ ਚਲਾਇਆ ਵੀ ਇਹਨੂੰ ਬਦਨਾਮ ਕਰਕੇ ਡੇਰੇ 'ਚੋਂ ਕੱਢਿਆ ਜਾਵੇ, ਇੱਕ ਅਜਮੇਰ ਸਰਪੰਚ, ਇੱਕ ਇੰਦਰਪਾਲ ਆਸਟ੍ਰੇਲੀਆ, ਇੱਕ ਜਗਦੇਵ ਸਿੰਘ ਪਾਠੀ ਅਤੇ ਇੱਕ ਸੁਰਜੀਤ ਮੈਂਬਰ। ਜਿਹੜੀ ਔਰਤ ਆ ਤੁਹਾਡੇ ਨਾਲ ਗੱਲਬਾਤ ਕਰ ਰਹੀ ਹੈ, ਕੌਣ ਆ, ਕਿੱਥੋਂ ਦੀ ਰਹਿਣ ਵਾਲੀ? ਉਹ ਜੀ ਜਗਰਾਉਂ ਦੀ ਹੈ, ਪੰਡਿਤ ਪਰਿਵਾਰ 'ਚੋਂ ਹੈ ਉਹ, ਇੱਕ ਇੰਦਗੜ੍ਹ ਦਾ ਵਾ, ਉਹ ਮਹਿਰੇ ਸਿੱਖਾਂ ਦਾ ਮੁੰਡਾ, ਉਹਦੇ ਨਾਲ ਉਹ ਨਿਕਲ ਕੇ ਆਈ ਆਪਾਂ ਕਹਿ ਸਕਦੇ ਹਾਂ, ਕੋਈ ਮੈਰਿਜ ਨਹੀਂ ਹੋਈ, ਕਿਉਂਕਿ ਇਹਨਾਂ ਨੇ ਉਹਨਾਂ ਨੂੰ ਗੰਢਿਆ, ਇਹ ਕੋਲੇ ਬਹਿ ਕੇ ਮੈਨੂੰ ਫੋਨ 1-2 ਦਫ਼ਾ ਲਵਾਏ, ਜੋ ਆਪ ਅਸਲੀਲ ਗੱਲਾਂ ਕਰਦੀ ਸੀ ਉਹ ਕੱਟ ਕਰ ਜਾਂਦੀ ਸੀ ਮੇਰੀਆਂ, ਉਹਨੇ ਰਿਕਾਰਡਿੰਗ ਰੱਖ ਕੇ। ਉਸ ਤੋਂ ਬਾਅਦ ਜਦੋਂ ਮੰਨ ਲਓ ਵੀ ਉਹਦੇ ਘਰ ਵਾਲਾ ਮੈਂ ਗਾਜੀ ਰੱਖਿਆ ਸੀਗਾ ਵੀ ਉਹਨੂੰ ਅੱਗੇ 8:15 ਹੋ ਜਾਂਦਾ ਸੀਗਾ, ਜਦੋਂ ਉਹ 8:15 ਨਹੀਂ ਆਇਆ, 9:15 ਹੋ ਗਏ, ਅਤੇ ਮੈਂ ਉਹਨੂੰ ਫੋਨ ਲਾਇਆ, ਉਸਨੇ ਫੋਨ ਨਹੀਂ ਚੱਕਿਆ। ਬਾਬਾ ਜੀ ਗੱਲ ਤੁਸੀਂ ਵਿੱਚ ਕੀਤੀ ਆ ਵੀ ਦਰਬਾਰ ਸਾਹਿਬ ਰਵਾਂਗੇ, ਚੱਲ ਕੇ ਇੱਥੇ ਰਿਹਾ ਨਹੀਂ ਜਾ ਸਕਦਾ, ਇਹਦੀਆਂ ਗੱਲਾਂ ਤਾਂ ਤੁਸੀਂ ਆਪਣੇ ਮੂੰਹ ਕਹੀਆਂ। ਪਹਿਲਾਂ ਜੀ ਉਹ ਬੋਲਦੀ ਸੀਗੀ ਉਹ ਮੈਨੂੰ ਬੁਲਾਇਆ ਗਿਆ, ਕਿਉਂਕਿ ਰਿਕਾਰਡਿੰਗ ਕਰਦੀ ਬਾਰ ਬਾਰ ਉਹ ਰਿਪੀਟ ਕਰ ਰਹੀ ਹੈ ਗੱਲਾਂ, ਬਾਰ ਬਾਰ ਆਏ ਕਿਵੇਂ ਜੇ ਉਹ ਆਮ ਬੰਦਾ ਵੀ ਜੱਜਮੈਂਟ ਕਰ ਸਕਦਾ ਵੀ ਇਹ ਬੰਦਾ ਦੁਆਰਾ ਜਾਣ ਕੇ ਬੁਲਾ ਰਹੇ ਆ। ਉਹ ਆਵਾਜ਼ ਤੁਹਾਡੀ ਹੈ ਨਾ ਜਿਹੜਾ ਤੁਸੀਂ ਕਹਿ ਰਹੇ ਹਾਂ ਵੀ ਆਪਾਂ ਦਰਬਾਰ ਸਾਹਿਬ ਰਵਾਂਗੇ ਜਾ ਕੇ ਨਾਲੇ ਮੱਥਾ ਟੇਕਾਂਗੇ, ਇੱਥੇ ਲੋਟ ਧਰਮਕੋਟ ਦੇ ਵਿੱਚ ਵੀ ਨਹੀਂ ਲੋਟ ਆਉਂਦਾ ਬੰਦੇ ਜਾਣਦੇ ਆ, ਉਹ ਆਵਾਜ਼ ਤੁਹਾਡੀ ਉਹ ਨਹੀਂ ਮੇਰੀ ਹੋ ਸਕਦੀ ਕੁਛ, ਇਹਨਾਂ ਨੇ ਆਪਦੇ ਕੋਲੋਂ ਵੀ ਬਣਾਈ ਆਵਾਜ਼, ਮੇਰੀ ਕੋਲੋਂ ਵੀ ਬਣਾਈ ਆ, ਇਹਨਾਂ ਨੇ ਮੈਨੂੰ ਬਲੈਕਮੇਲ ਕੀਤਾ, ਇਹਨਾਂ ਨੇ ਬਲੈਕਮੇਲ ਕਰ, ਜਦੋਂ ਮੈਂ ਫੋਨ ਲਾਇਆ ਉਹਨੂੰ ਵੀ ਗਾਜੀ ਡਿਊਟੀ 'ਤੇ ਘਰ ਨਹੀਂ ਆਇਆ ਇਹ ਲੇਡੀ ਦੇ ਘਰ ਵਾਲਾ, ਇਹਨਾਂ ਨੇ ਫੋਨ ਨਹੀਂ ਚੱਕਿਆ। ਉਸ ਤੋਂ ਬਾਅਦ 5 ਮਿੰਟ ਬਾਅਦ ਜਗਦੇਵ ਸਿੰਘ ਫੋਨ ਲਾ ਰਿਹਾ ਮੈਨੂੰ, ਜਗਦੇਵ ਸਿੰਘ ਅਤੇ ਸੁਰਜੀਤ ਸਿੰਘ ਵੀ ਬਾਬਾ ਇੱਥੇ ਆ ਜਾ ਤੇਰਾ ਰੌਲਾ ਨਿਬੇੜ ਦੇਈਏ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਗਾਲਾਂ ਕੱਢ ਕੇ ਫੋਨ ਕੱਟਤਾ, ਮੈਨੂੰ ਇਹਨਾਂ ਦਾ ਕੋਈ ਮਤਲਬ ਨਹੀਂ, ਮੈਂ ਇਹਦੇ ਨਾਲ ਮੇਰਾ ਕੋਈ ਰੌਲਾ ਹੀ ਨਹੀਂ ਇਹਨਾਂ ਨਾਲ,
ਜੋ ਫੋਨ 7 ਮਿੰਟ ਦੀ ਗੱਲ ਹੋਈ ਹੈ ਤੁਹਾਡੀ, ਲਗਾਤਾਰ 7 ਮਿੰਟ ਗੱਲ ਚੱਲੀ ਹੈ, ਹਰੇਕ ਗੱਲ ਦਾ ਜਵਾਬ ਤੁਸੀਂ ਆਪ ਖੁਦ ਦਿੰਦੇ ਆ, ਜਨਾਨੀ ਵੀ ਤੁਹਾਨੂੰ ਗਾਂ ਗੱਲਾਂ ਕਰਦੀ, ਤੁਸੀਂ ਵੀ ਦਿੰਦੇ ਆ, ਹਾਂਜੀ ਉਹ ਤਾਂ ਗੱਲਬਾਤ ਤੁਹਾਡੀ ਹੋਈ ਹੈ ਨਾ, ਹਾਂਜੀ ਹਾਂਜੀ, ਇਹ ਤੁਸੀਂ ਕਿਵੇਂ ਕਹਿ ਸਕਦੇ ਦਰਬਾਰ ਸਾਹਿਬ ਵਾਲੀ ਗੱਲ ਮੈਂ ਨਹੀਂ ਗਈ? ਉਹ ਕਈ ਹੋਊਗੀ, ਮੈਨੂੰ ਹੋ ਸਕਦਾ ਮੈਂ ਕਈ ਹੋਵੇ, ਪਰ ਮੇਰੇਥੋਂ ਘੁਆਈ ਗਈ, ਇਹਨਾਂ ਨੇ ਬਲੈਕਮੇਲ ਕੀਤਾ, ਉਸ ਤੋਂ ਬਾਅਦ 13 ਲੱਖ ਰੁਪਏ ਦੀ ਮੇਰੇਥੋਂ ਮੰਗ ਕੀਤੀ ਇਹਨਾਂ ਨੇ, 13 ਤੋਂ 10 ਲੱਖ ਦੀ ਕੀਤੀ, ਫਿਰ 5 ਦੀ, ਫਿਰ 4.5 ਦੀ, 3.5 ਤੱਕ ਡੀਲ ਹੋਈ, ਤਾਂ ਕਿ ਡੀਲ ਕੁਛ ਨਹੀਂ ਹੋਈ, ਰਿਕਾਰਡਿੰਗ ਕੀਤੀ, ਮੇਰੇ ਨਾਲ ਪ੍ਰਸ਼ਾਸਨ ਦਾ ਮੁਲਾਜ਼ਮ ਸੀਗਾ ਨਾਲ, ਤੁਸੀਂ ਪੈਸੇ ਦਿੱਤੇ ਵੀ ਆ ਉਹਨਾਂ ਨੂੰ? ਕੋਈ ਨਹੀਂ, 1 ਰੁਪਈਆ ਨਹੀਂ ਦਿੱਤਾ ਜੀ, ਕੱਖ ਨਹੀਂ ਦਿੱਤਾ, ਅਤੇ ਬਕਾਇਦਾ ਮੇਰੇ ਕੋਲ ਇਹਨਾਂ ਦੀ ਰਿਕਾਰਡਿੰਗ ਆ ਡੀਲਿੰਗ ਕਰਦਿਆਂ ਦੀ, 10 ਲੱਖ ਦੀ ਇਹਦੇ ਘਰ ਵਾਲਾ ਮੰਗ ਕਰ ਰਿਹਾ ਵਾ, ਉਸ ਤੋਂ ਬਾਅਦ ਪ੍ਰਸ਼ਾਸਨ ਨੇ ਇਹਦੇ ਪਰਚਾ ਦਿੱਤਾ, ਇਹ ਗਲਤ ਆਂਸਰ, ਇਹ 3-4 ਉਹ ਅੰਦਰ ਧੱਕੇ ਹੋਏ ਆ, ਹੁਣ ਉਹ ਪ੍ਰੋਸੈਸ ਤਾਂ ਇਹਨਾਂ ਦਾ ਹੋ ਗਿਆ ਬੰਦ, ਹੁਣ ਕੀ ਸਿਸਟਮ ਚਲਾਇਆ, ਹੁਣ ਇਹ ਡੇਰੇ 'ਤੇ ਕਬਜ਼ਾ ਕਰਨ ਦੀ ਨੀਤ ਨਾਲ ਸਾਰੇ ਇਕੱਠੇ ਹੋ ਕੇ ਫੇਰ ਆ ਗਏ, ਵੀ ਉਹ ਤਾਂ ਕਾਮਯਾਬ ਨਹੀਂ ਹੋਇਆ ਸੀਗਾ, ਉਹਨਾਂ ਨੇ ਕਿਹਾ ਕਿ ਅਸੀਂ ਬਾਬਾ ਜੀ ਨੂੰ ਲਾਂਭੇ ਕਰਤਾ ਇੱਥੇ, ਹੁਣ ਨਹੀਂ ਬਣ ਦੇਣਗੇ? ਨਹੀਂ ਜੀ, ਬਿਲਕੁਲ ਨਹੀਂ, ਮੇਰੇ ਕੋਲ ਸਾਰੇ, ਮੇਰੇ ਕੋਲ ਸਟੇਅ ਆ ਪੱਕਾ ਮਿਲਿਆ ਮੈਨੂੰ, ਮੇਰੀ ਪੱਗ ਮੰਨੀ ਆ ਕੋਰਟ ਨੇ, ਕਬਜ਼ਾ ਮੇਰਾ ਮੰਨਿਆ ਵਾ, ਆਹ ਪੱਕਾ ਸਟੇਅ ਆ ਮੇਰੇ ਕੋਲ, ਕੋਈ ਵੀ ਆ ਕੇ ਦੇਖ ਸਕਦਾ ਪ੍ਰਸ਼ਾਸਨ। ਬਾਬਾ ਜੀ ਪੱਗ ਤਾਂ ਮੰਨੀ ਆ ਦਿੱਤੀ ਆ, ਪਰ ਇਹ ਤਾਂ ਨਹੀਂ ਪੱਗ ਦਿੱਤੀ ਕਿ ਗੁਰਦੁਆਰਾ ਸਾਹਿਬ ਵਿੱਚ ਰਹਿ ਕੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ? ਕੋਈ ਗੁਰਦੁਆਰੇ 'ਚ ਰਹਿ ਕੇ ਨਹੀਂ ਹੋਈ ਜੀ, ਕੋਈ ਗੁਰਦੁਆਰੇ 'ਚ ਇਹਦੀ ਘਟਨਾ ਨਹੀਂ ਹੋਈ, ਮੈਂ ਉਹਦਾ ਜ਼ਿਆਦਾ ਟਾਈਮ ਦਿਨੇ ਘਰੇ ਰਹਿੰਦਾ ਸੀਗਾ, ਇਹ ਦਿਨੇ ਫੋਨ ਲਾਉਂਦੇ ਸੀ, ਗੁਰੂ ਘਰ 'ਚ ਕੋਈ ਇਹੋ ਜਿਹੀ ਅਨਸਕਾਮੀ ਘਟਨਾ ਨਹੀਂ ਹੋਈ, ਜੇ ਹੋਈ ਤਾਂ ਪ੍ਰੂਫ ਮੈਨੂੰ ਦੇ ਦੇਣ।